ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ। ਸਭ ਦਾ ਮੌਸਮ ਦੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ, 1 ਫਰਵਰੀ ਦੀ, ਕਿ ਅੱਜ ਦਾ ਮੌਸਮ ਪੰਜਾਬ ਵਿੱਚ ਕਿਵੇਂ ਹੈ, ਕਿਹੜੇ ਹਿੱਸਿਆਂ ਵਿੱਚ ਅੱਜ ਮੀਂਹ ਦੇ ਆਸਾਰ ਨੇ, ਕਿਹੜੇ ਇਲਾਕੇ ਖੁਸ਼ਕ ਰਹਿਣਗੇ, ਕਿਹੜੇ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਸੋ ਜਿਵੇਂ ਕਿ ਕੱਲ੍ਹ ਵੀ ਅਪਡੇਟ ਵਿੱਚ ਤੁਹਾਨੂੰ ਸਾਂਝੀ ਕੀਤੀ ਸੀ ਜਾਣਕਾਰੀ, ਰਾਤ ਦੀ ਅਪਡੇਟ ਵਿੱਚ, ਕਿ ਅੱਧੀ ਕੁ ਰਾਤ ਦੇ ਆਸ ਪਾਸ ਤੋਂ ਪੰਜਾਬ ਦਾ ਮੌਸਮ ਪੱਛਮੀ ਹਿੱਸਿਆਂ ਤੋਂ ਪ੍ਰਭਾਵਿਤ ਹੋਵੇਗਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਧੀ ਰਾਤ ਤੋਂ ਬਾਅਦ ਸਵੇਰ ਤੱਕ ਭਾਰੀ ਮੀਂਹ ਦੇ ਹਾਲਾਤ ਦੇਖਣ ਨੂੰ ਮਿਲਣਗੇ। ਕਈ ਹਿੱਸਿਆਂ ਵਿੱਚ ਗਰਜ ਚਮਕ ਨਾਲ ਹਲਕਾ ਦਰਮਿਆਨਾ, ਕੁਝ ਵਿੱਚ ਭਾਰੀ ਮੀਂਹ ਰਹੇਗਾ। ਅਤੇ ਬਾਕੀ ਗੱਲ ਕਰੀਏ ਫਰਵਰੀ ਮਹੀਨੇ ਦੇ ਮੌਸਮ ਦੀ, ਪੂਰੇ ਫਰਵਰੀ ਮਹੀਨੇ ਦਾ ਮੌਸਮ ਦੀ ਅਪਡੇਟ ਤੁਹਾਡੇ ਨਾਲ ਅੱਜ ਦੁਪਹਿਰ ਬਾਅਦ ਸ਼ਾਮ ਨੂੰ ਜਾਂ ਫਿਰ ਕੱਲ੍ਹ 2 ਫਰਵਰੀ ਤੋਂ ਜਿਹੜੇ ਪੂਰੇ ਦਿਨਾਂ ਦੀ ਅਪਡੇਟ ਸਾਂਝੀ ਕਰ ਦਿੱਤੀ ਜਾਵੇਗੀ ਅਤੇ ਵੀਡੀਓ ਜਾਰੀ ਕਰ ਦਿੱਤੀ ਜਾਵੇਗੀ। ਫਿਲਹਾਲ ਅੱਜ 1 ਫਰਵਰੀ ਦੀ ਹੀ ਗੱਲ ਕਰਾਂਗੇ ਕਿਉਂਕਿ ਅੱਜ ਮੌਸਮ ਦੇ ਵਿੱਚ ਵੱਡੀ ਹਲਚਲ ਹੈ, ਸੋ ਜਿਸ ਕਰਕੇ ਇਕੱਲੇ ਦਿਨ ਦੀ ਅਪਡੇਟ ਸਾਂਝੀ ਕਰ ਰਹੇ ਹਾਂ। ਸੋ ਗੱਲ ਕਰੀਏ ਪਹਿਲਾਂ ਜਿਹੜੇ ਇਲਾਕੇ ਵੱਡੇ ਪੱਧਰ ਉੱਪਰ ਪ੍ਰਭਾਵਿਤ ਹੋ ਰਹੇ ਨੇ, ਤਾਂ ਅੱਧੀ ਰਾਤ ਤੋਂ ਬਾਅਦ ਮਾਝੇ ਦਾ ਖੇਤਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਸਾਹਿਬ ਦੇ ਹਿੱਸੇ, ਨਾਲ ਲੱਗਦਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਦਾ ਹਿੱਸਾ, ਕੁੱਲ ਮਿਲਾ ਕੇ ਮਾਝਾ ਅਤੇ ਦੁਆਬਾ ਅੱਧੀ ਰਾਤ ਤੋਂ ਲੈ ਕੇ ਹੁਣ ਸਵੇਰ ਤੱਕ ਵੱਡੇ ਪੱਧਰ ਉੱਪਰ ਪ੍ਰਭਾਵਿਤ ਹੋ ਸਕਿਆ। ਕਈ ਹਿੱਸਿਆਂ ਦੇ ਵਿੱਚ ਜਲ ਥਲਿਕ ਹੋਣ ਵਾਲਾ ਹਾਲਾਤ ਨੇ, ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ, ਕੁਝ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਅਤੇ ਨਾਲ ਗੜੇਮਾਰੀ ਦੇ ਚਾਂਸ ਵੀ ਕਈ ਇਲਾਕਿਆਂ ਵਿੱਚ ਹੋ ਚੁੱਕੇ ਨੇ ਅਤੇ ਆਉਂਦੇ ਘੰਟਿਆਂ ਵਿੱਚ ਵੀ ਗੜੇਮਾਰੀ ਦੇ ਹਾਲਾਤ ਬਣੇ ਰਹਿਣਗੇ। ਅਤੇ ਹੁਣ ਗੱਲ ਕਰੀਏ ਸਵੇਰ ਦੇ ਲਗਭਗ 7 ਕੁ ਵਜੇ ਦੇ ਆਸ ਪਾਸ ਤੋਂ, ਯਾਨੀ ਕਿ ਦੁਪਹਿਰ ਤੱਕ 11-12-1 ਵਜੇ ਦੇ ਆਸ ਪਾਸ ਤੱਕ ਪੰਜਾਬ ਦੇ ਜਿਹੜਾ ਇਹ ਖੇਤਰ ਆ, ਜਿਵੇਂ ਦੱਸਿਆ ਕਿ ਅੰਮ੍ਰਿਤਸਰ ਹੋ ਗਿਆ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਦੇ ਇਲਾਕੇ ਹੋ ਗਏ, ਨਾਲ ਲੱਗਦੇ ਮੋਗੇ ਜ਼ਿਲ੍ਹੇ ਦੇ ਭਾਗ ਹੋ ਗਏ, ਕੁਝ ਭਾਗ ਫਿਰੋਜ਼ਪੁਰ ਦੇ ਹੋ ਗਏ, ਲੁਧਿਆਣੇ ਦੇ ਇਲਾਕੇ ਹੋ ਗਏ, ਇਸ ਤੋਂ ਇਲਾਵਾ SBS ਨਗਰ ਦੇ ਲਾਗ ਪਾਸ ਦੇ ਇਲਾਕੇ, ਚੰਡੀਗੜ੍ਹ, ਮੋਹਾਲੀ ਸਾਈਡ, ਨੰਗਲ, ਅਨੰਦਪੁਰ ਸਾਹਿਬ ਦੇ ਹਿੱਸੇ ਹੋ ਗਏ ਅਤੇ ਕੁਝ ਭਾਗ ਮਲੇਰਕੋਟਲਾ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਵੀ ਅਗਲੇ ਘੰਟਿਆਂ ਦੇ ਵਿੱਚ ਕਵਰ ਹੋਣਗੇ। ਸੋ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਚੰਗਾ ਤਕੜੇ ਰੂਪ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਕੁਝ ਹਿੱਸਿਆਂ ਵਿੱਚ, ਬਾਕੀ ਹਲਕੇ ਤੋਂ ਦਰਮਿਆਨਾ ਮੀਂਹ ਦੇ ਚਾਂਸ ਤਾਂ ਕਾਫੀ ਜ਼ਿਆਦਾ ਬਣੇ ਹੋਏ ਨੇ। ਗਰਜ ਚਮਕ ਵੀ ਦੇਖਣ ਨੂੰ ਮਿਲੂਗੀ, ਹਵਾਵਾਂ ਪੂਰਬ ਦਿਸ਼ਾ ਤੋਂ ਲਗਾਤਾਰ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਵਿੱਚ ਤੇਜ਼ ਗਤੀ 'ਤੇ ਚੱਲ ਰਹੀਆਂ ਨੇ, ਪਰ ਮੀਂਹ ਦੇ ਹਾਲਾਤ ਜਿਹੜੇ ਆਪਾਂ ਇਲਾਕੇ ਦੱਸੇ ਨੇ ਇਹਨਾਂ ਦੇ ਵਿੱਚ ਜ਼ਿਆਦਾ ਬਣੇ ਹੋਏ ਨੇ। ਖਾਸ ਜਿਹੜੇ ਪੂਰਬੀ ਹਿੱਸੇ ਨੇ ਜਿਵੇਂ ਚੰਡੀਗੜ੍ਹ, ਮੋਹਾਲੀ ਸਾਈਡ ਹੋ ਗਿਆ, ਫਤਿਹਗੜ੍ਹ ਸਾਹਿਬ ਦੇ ਇਲਾਕੇ, ਲੁਧਿਆਣੇ ਦੇ ਪੂਰਬੀ ਹਿੱਸੇ ਹੋ ਗਏ, ਅਤੇ ਇਹਨਾਂ ਹਿੱਸਿਆਂ ਵਿੱਚ ਹਾਲੇ ਮੀਂਹ ਦੀਆਂ ਗਤੀਵਿਧੀਆਂ ਨਹੀਂ ਹਨ, ਪਰ ਆਉਂਦੇ 2-4 ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ। ਅਤੇ ਮੌਜੂਦਾ ਸਮੇਂ ਵਿੱਚ 7-8-9 ਵਜੇ ਦੇ ਆਸ ਪਾਸ ਤੱਕ ਮਾਝੇ ਅਤੇ ਦੁਆਬੇ ਦੇ ਕਈ ਖੇਤਰਾਂ ਵਿੱਚ ਚੰਗੀ ਤਕੜੀਆਂ ਮੀਂਹ ਦੀ ਸਪੈਲ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਅਤੇ ਉੱਥੇ ਹੀ ਗੱਲ ਕਰੀਏ ਦੱਖਣ ਪੱਛਮੀ ਮਾਲਵੇ ਦਾ ਇਲਾਕਾ, ਜਿਹਦੇ ਵਿੱਚ ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ ਦੇ ਹਿੱਸੇ ਹੋ ਗਏ ਆਪਣੇ, ਅਤੇ ਨਾਲ ਲੱਗਦੇ ਕੁਝ ਦੱਖਣ ਦੇ ਹਿੱਸਿਆਂ ਵਿੱਚ ਮਾਨਸਾ, ਬਠਿੰਡਾ ਹੋ ਗਿਆ, ਬਰਨਾਲੇ ਦੇ ਇਲਾਕੇ ਹੋ ਗਏ। ਇਹਨਾਂ ਇਲਾਕਿਆਂ ਵਿੱਚ ਫਿਲਹਾਲ ਹਲੇ ਜ਼ਿਆਦਾ ਕੋਈ ਮੌਸਮ ਦੀ ਹਲਚਲ ਵੱਡੇ ਤਕੜੇ ਰੂਪ ਵਿੱਚ ਨਹੀਂ ਹੈ, ਬੱਦਲਵਾਈ ਹਲਕੀ ਦਰਮਿਆਨੀ ਕੁਝ ਹਿੱਸਿਆਂ ਵਿੱਚ ਹੈ, ਥੋੜ੍ਹੇ ਬਹੁਤ ਹਲਕੇ ਦਰਮਿਆਨੇ ਮੀਂਹ ਦੇ ਸਪੈਲ ਨੇ ਇਹਨਾਂ ਹਿੱਸਿਆਂ ਵਿੱਚ ਵੀ ਆਪਾਂ ਨੂੰ ਟੁੱਟਵੇਂ ਰੂਪ ਵਿੱਚ ਅਗਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਪਰ ਬਹੁਤ ਜ਼ਿਆਦਾ ਲੰਬਾ ਤਕੜਾ ਭਾਰੀ ਮੀਂਹ ਦੇ ਆਸਾਰ ਫਿਲਹਾਲ ਹਲੇ ਘੱਟ ਨਜ਼ਰ ਆ ਰਹੇ ਨੇ, ਪਰ ਆਉਂਦੇ 2-4 ਘੰਟਿਆਂ ਵਿੱਚ ਕੁਝ ਹਿੱਸਿਆਂ ਵਿੱਚ ਹੋ ਸਕਦਾ ਕਿ ਟੁੱਟਵੇਂ ਰੂਪ ਵਿੱਚ ਛੋਟੀਆਂ ਮੀਂਹ ਦੀਆਂ ਝੱਟਾਂ ਲੱਗ ਸਕਦੀਆਂ ਨੇ। ਪਰ ਮੇਨ ਤੌਰ 'ਤੇ ਮਾਝਾ, ਦੁਆਬਾ ਆਪਣਾ ਅਤੇ ਉੱਤਰ ਪੱਛਮੀ ਪੂਰਬੀ ਅਤੇ ਉੱਤਰੀ ਖੇਤਰ ਹੋ ਗਏ, ਜਿਹੜੇ ਮਾਲਵੇ ਦੇ ਆਸ ਪਾਸ ਦੇ ਇਲਾਕੇ ਆ ਕੇ, ਚੰਡੀਗੜ੍ਹ, ਮੋਹਾਲੀ ਸਾਈਡ ਦੇ ਇਲਾਕੇ ਹੋ ਗਏ, ਜਾਂ ਫਤਿਹਗੜ੍ਹ ਸਾਹਿਬ ਹੋ ਗਿਆ, ਲੁਧਿਆਣੇ ਦੇ ਹਿੱਸੇ ਹੋ ਗਏ, ਮਲੇਰਕੋਟਲਾ ਹੋ ਗਿਆ, ਮੋਗਾ ਜ਼ਿਲ੍ਹਾ ਹੋ ਗਿਆ, ਮੱਧ ਦੇ ਵਿੱਚ ਇਹ ਇਲਾਕਿਆਂ ਦੇ ਵਿੱਚ ਤਕੜੀਆਂ ਕਾਰਵਾਈਆਂ ਆਉਂਦੇ ਆਪਾਂ ਨੂੰ 2-4 ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ। ਅਲਰਟ ਦੇ ਤੌਰ 'ਤੇ ਜ਼ਿਆਦਾ ਮੀਂਹ ਦੇ ਆਸਾਰ ਹੋਣਗੇ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਕੁਝ ਭਾਗ ਮੋਗੇ ਜ਼ਿਲ੍ਹੇ ਦੇ, ਲੁਧਿਆਣੇ ਦੇ ਕੁਝ ਹਿੱਸੇ ਹੋ ਗਏ, ਨਵਾਂਸ਼ਹਿਰ ਦੇ ਆਸ ਪਾਸ ਦੇ ਇਲਾਕੇ ਹੋ ਗਏ। ਇਹਨਾਂ ਹਿੱਸਿਆਂ ਦੇ ਵਿੱਚ ਹੋ ਸਕਦਾ ਕਿ ਆਉਂਦੇ 2 ਤੋਂ 4-5 ਘੰਟਿਆਂ ਦੇ ਵਿੱਚ ਤਕੜੇ ਮੀਂਹ ਨਾਲ ਗੜੇਮਾਰੀ ਦੇ ਆਸਾਰ ਬਣ ਸਕਦੇ ਨੇ। ਕੁਝ ਖੇਤਰਾਂ ਵਿੱਚ ਫਸਲਾਂ ਦਾ ਨੁਕਸਾਨ ਹੋਣ ਦਾ ਵੀ ਜਿਹੜਾ ਖਤਰਾ ਬਣਿਆ ਹੋਇਆ ਹੈ। ਅਤੇ ਬਾਕੀ ਦੁਪਹਿਰ ਤੋਂ ਬਾਅਦ ਦਾ ਜੋ ਮੌਸਮ ਹੈ ਉਹਦੇ ਵਿੱਚ ਮੌਸਮ ਥੋੜ੍ਹਾ ਬਹੁਤ ਦੱਖਣ ਪੱਛਮੀ ਹਿੱਸਿਆਂ ਤੁਹਾਡੇ ਪੱਛਮੀ ਸਰਹੱਦੀ ਖੇਤਰ ਉਹਨਾਂ ਵਿੱਚ ਥੋੜ੍ਹਾ ਬਹੁਤ ਸੁਧਰਨਾ ਸ਼ੁਰੂ ਹੋ ਜਾਵੇਗਾ ਅਤੇ ਹੋ ਸਕਦਾ ਕੁਝ ਖੇਤਰਾਂ ਵਿੱਚ ਧੁੱਪ ਦੇ ਚਾਂਸ ਵੀ ਬਣ ਸਕਦੇ ਨੇ, ਪਰ ਜਿਹੜੇ ਉੱਤਰੀ ਖੇਤਰ ਹੋਣਗੇ, ਪਹਾੜੀ ਇਲਾਕਿਆਂ ਦੇ ਨੇੜਲੇ ਇਲਾਕੇ ਜਿਵੇਂ ਚੰਡੀਗੜ੍ਹ, ਮੋਹਾਲੀ ਸਾਈਡ, ਨੰਗਲ, ਅਨੰਦਪੁਰ ਸਾਹਿਬ ਹੋ ਗਿਆ, ਆਪਣੇ ਹੁਸ਼ਿਆਰਪੁਰ ਦੇ ਇਲਾਕੇ ਹੋ ਗਏ, ਨਵਾਂਸ਼ਹਿਰ ਦੇ ਲਾਗ ਪਾਸ ਦੇ ਇਲਾਕੇ ਹੋ ਗਏ, ਹੈ ਨਾ, ਪਠਾਨਕੋਟ ਦੇ, ਗੁਰਦਾਸਪੁਰ ਹੋ ਗਿਆ,
ਜਲੰਧਰ ਕਪੂਰਥਲਾ ਦੇ ਕੁਝ ਭਾਗ, ਇਹਨਾਂ ਭਾਗਾਂ ਦੇ ਵਿੱਚ ਟੁੱਟਵੇਂ ਰੂਪ ਵਿੱਚ ਬਦਲਵਾਈ ਬਣੀ ਰਹੇਗੀ। ਕੁਝ ਭਾਗਾਂ ਵਿੱਚ ਮੀਂਹ ਹਲਕਾ ਫੁਲਕਾ ਅੱਜ ਸ਼ਾਮ ਤੱਕ ਵੀ ਦੇਖਣ ਨੂੰ ਮਿਲ ਸਕਦਾ ਹੈ।